ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਭਾਵੇਂ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਦੋਂ ਤੋਂ ਹੀ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ, ਪਰ ਖਜ਼ਾਨੇ ਖਾਲੀ ਨੂੰ ਲੈ ਕੇ ਚਰਚਾ ਹੋਰ ਵੀ ਤੇਜ਼ ਹੋਣ ਲੱਗੀ ਹੈ, ਕਿਉਂਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਪੰਜਾਬ ਦੇ ਵਿੱਤੀ ਹਾਲਾਤ ਬਹੁਤ ਬੁਰੇ ਨੇ, ਛੁੱਟੀ ਤੋਂ ਛੇਤੀ ਵਾਪਸ ਆਓ। ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਸਿਆਸਤ ਵੀ ਭੱਖ ਗਈ ਹੈ। ਮੰਤਰੀ ਕਹਿੰਦੇ ਨੇ, ਪੰਜਾਬ ਸਰਕਾਰ ਦੇ ਮੰਤਰੀ ਕਹਿੰਦੇ ਨੇ ਕਿ ਇਸ ਦੇ ਪਿੱਛੇ ਕੇਂਦਰ ਸਰਕਾਰ ਦਾ ਕਸੂਰ ਹੈ। ਸਾਡਾ 4000 ਕਰੋੜ ਰੁਪਈਆ ਸੈਂਟਰ ਵੱਲ ਬਕਾਇਆ ਪਿਆ। ਸੈਂਟਰ ਸਰਕਾਰ ਜਿਹੜੀਆਂ ਨਾਨ BJP ਸਰਕਾਰਾਂ ਨੇ ਉਹਨਾਂ ਦੀ ਬਾਂਹ ਮਰੋੜਨ ਲਈ ਜਾਣ ਕੇ ਸਾਨੂੰ ਖਰਾਬ ਕਰ ਰਹੀ। ਸਰਕਾਰ ਦਾ 2400 ਕਰੋੜ ਰੁਪਈਆ ਤੁਸੀਂ ਫਾਰ ਪੜੇ ਹੋਏ ਆ, ਸਾਡਾ GST ਦਾ ਸੈਂਟਰ ਗਵਰਨਮੈਂਟ ਰੋਕਿਆ ਨਹੀਂ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਵੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੇ ਇਸ ਇਲਜ਼ਾਮ ਦਾ ਜਵਾਬ ਦਿੱਤਾ ਹੈ। BJP ਦੇ ਤਰੁਣ ਚੁੱਗ ਦਾ ਕਹਿਣਾ ਹੈ ਕਿ ਆਪਣੇ OSDਾਂ ਤੇ ਸਲਾਹਕਾਰਾਂ ਤੇ ਲੱਖਾਂ ਰੁਪਏ ਇਹ ਸਰਕਾਰ ਖਰਚ ਸਕਦੀ ਹੈ, ਪਰ ਗਰੀਬਾਂ ਵਾਰੀ ਇਹਨਾਂ ਦਾ ਖਜ਼ਾਨਾ ਖਾਲੀ ਹੋ ਜਾਂਦਾ ਹੈ। ਐਸਾ ਕਿ ਮਨਪ੍ਰੀਤ ਜੀ ਨੂੰ ਆਦਤ ਪਈ ਹੋਈ ਹੈ, ਪੈਸਾ ਨਹੀਂ ਹੈਗਾ, ਪੈਸਾ ਨਹੀਂ ਹੈਗਾ। ਮਨਪ੍ਰੀਤ ਜੀ, ਮੈਨੂੰ ਇੱਕ ਗੱਲ ਦੱਸੋ, ਪੰਜਾਬ ਨੂੰ ਅਗਰ ਪੈਸਾ ਨਹੀਂ ਮਿਲਿਆ ਤੇ ਹਰਿਆਣਾ ਨੂੰ ਮਿਲਿਆ? ਜਿਸ ਡੇਟ ਨੂੰ ਹਰਿਆਣਾ ਮਿਲਦਾ ਉਸ ਡੇਟ ਨੂੰ ਪੰਜਾਬ ਨੂੰ ਮਿਲਦਾ, ਉਸੇ ਡੇਟ ਨੂੰ ਹਿਮਾਚਲ ਨੂੰ ਮਿਲਦਾ। ਔਰ ਤੁਸੀਂ ਆਪ GST ਕੌਂਸਲ ਦੇ ਮੈਂਬਰ ਹੋ, ਉੱਥੇ ਵੀ ਤੁਸੀਂ ਆਪ ਬਹਿ ਕੇ ਫੈਸਲੇ ਕਰਦੇ ਹੋ ਔਰ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਹੋ। ਮੈਂ ਸਮਝਣਾ ਇਹ ਝੂਠ ਦੀ ਇਬਾਰਤ ਲਿਖੀ ਜਾ ਰਹੀ ਹੈ। ਪੰਜਾਬ ਦੇ ਅੰਦਰ ਇੱਕ ਵੀ ਕੰਮ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਰੈਵਨਿਊ ਵਧਾਉਣ ਵਾਸਤੇ ਨਹੀਂ ਕੀਤਾ। OSDਾਂ ਦੀਆਂ ਸਰਕਾਰੀ ਗੱਡੀਆਂ ਤਨਖਾਹਾਂ ਕੋਠੀਆਂ 'ਤੇ ਪੈਸਾ ਹੈਗਾ, ਸਲਾਹਕਾਰਾਂ ਦੀਆਂ ਗੱਡੀਆਂ ਤਨਖਾਹਾਂ 'ਤੇ ਲੱਖਾਂ ਰੁਪਏ ਹੈਗੇ ਆ, ਲੇਕਿਨ ਗਰੀਬ, ਵਿਧਵਾ, ਬੁਢਾਪਾ, ਉਹਨਾਂ ਦੀ ਪੈਨਸ਼ਨ, ਗਰੀਬਾਂ ਦੀ ਝੋਲੀ ਜਦੋਂ ਗੱਲ ਪਾਉਣ ਦੀ ਗੱਲ ਆਏਗੀ ਉਦੋਂ ਖਾਲੀ ਹੈ, ਕਿਸਾਨ ਦੀ ਝੋਲੀ ਪਾਉਣ ਦੀ ਗੱਲ ਆਏਗੀ ਖਾਲੀ ਹੈ, ਅਤੇ OSDਾਂ ਤਨਖਾਹਾਂ ਦੇ ਚੈੱਕ ਵੰਡੇ ਜਾ ਰਹੇ। ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਇਹਨਾਂ ਦੋਹਾਂ ਧਿਰਾਂ ਨੂੰ ਹੀ ਲਪੇਟੇ ਵਿੱਚ ਲੈ ਲਿਆ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਜੋ ਕੁਝ ਸੁਖਬੀਰ ਸਿੰਘ ਬਾਦਲ ਕਰਕੇ ਗਏ ਨੇ, ਉਸ ਤੋਂ ਬਾਅਦ ਅਗਲਾ ਵਿੱਤ ਮੰਤਰੀ ਭਾਵ ਮਨਪ੍ਰੀਤ ਸਿੰਘ ਬਾਦਲ ਵੀ ਨਲਾਇਕ ਨਿਕਲਿਆ ਹੈ। ਸਾਡੇ ਪੰਜਾਬ ਦਾ ਜਿਹੜਾ ਖਜ਼ਾਨਾ ਮੰਤਰੀ ਆ ਉਹ ਨਲਾਇਕ ਖਜ਼ਾਨਾ ਮੰਤਰੀ ਆ, ਉਹਨੂੰ ਕੁਛ ਨਹੀਂ ਆਉਂਦਾ ਹੈਗਾ। ਲਗਾਤਾਰ 3 ਸਾਲ ਹੋ ਗਏ ਉਹਨੇ ਇਹ ਗੱਲ ਕਹਿੰਦੇ ਨੂੰ, ਖਜ਼ਾਨਾ ਖਾਲੀ ਆ, ਖਜ਼ਾਨਾ ਖਾਲੀ ਆ। ਪੰਜਾਬ ਦੇ ਵਿੱਚ ਲੁੱਟ ਖਸੁੱਟ ਜਾਰੀ ਆ, ਚਾਹੇ ਉਹ ਮਾਈਨਿੰਗਾ, ਚਾਹੇ ਹੋਰ ਜਿੰਨੇ ਮਾਫੀਏ ਪੰਜਾਬ ਵਿੱਚ, ਕਿੰਨੇ ਮਾਫੀਏ ਸੁਖਬੀਰ ਸਿੰਘ ਬਾਦਲ ਨੇ ਪੈਦਾ ਕੀਤੇ ਸੀ, ਅੱਜ ਉਹਨਾਂ ਸਾਰੇ ਮਾਫੀਆਂ 'ਤੇ ਕਾਂਗਰਸ ਪਾਰਟੀ ਨੇ ਕਬਜ਼ਾ ਕਰ ਲਿਆ। ਮਨਪ੍ਰੀਤ ਸਿੰਘ ਬਾਦਲ ਨੂੰ ਦੱਸਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਕਿ ਸਾਡੇ ਕਿਹੜੇ ਕਿਹੜੇ ਮਿਨਿਸਟਰ ਪੰਜਾਬ ਦਾ ਖਜ਼ਾਨਾ ਲੁੱਟ ਰਹੇ ਨੇ, ਕਿਹੜੇ ਕਿਹੜੇ ਜਿਹੜੇ ਹੈਗੇ ਨੇ ਕਾਂਗਰਸੀ ਸਾਡੇ ਪੰਜਾਬ ਦਾ ਖਜ਼ਾਨਾ ਲੁੱਟ ਰਹੇ ਨੇ। ਪੰਜਾਬ ਦਾ ਖਜ਼ਾਨਾ ਖਾਲੀ ਕਿਉਂ ਹੋਇਆ? ਇਹ ਤਾਂ ਹੋਇਆ ਜੇਕਰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਨੇ, ਉਹ ਮਾੜੀਆਂ ਨੀਤੀਆਂ ਅੱਜ ਵੀ ਚਾਲੂ ਨੇਗੀਆਂ। ਇਹੀ ਕਾਰਨ ਆ ਕਿ ਕਾਂਗਰਸ ਨੂੰ 3 ਸਾਲ ਪੂਰੇ ਹੋਣ ਜਾ ਰਹੇ ਨੇ। ਅੱਜ ਵੀ ਮੈਂ ਸਮਝਦਾ ਜਿਹੜੀ ਇਹ ਲੈਟਰ ਲਿਖਿਆ ਗਾ, ਜਿਹੜਾ ਲੈਟਰ ਲਿਖਿਆ ਮਨਪ੍ਰੀਤ ਸਿੰਘ ਬਾਦਲ ਨੇ, ਇੱਥੋਂ ਸਪਸ਼ਟ ਆ ਕਿ ਜਿਹੜੀਆਂ ਗਲਤ ਨੀਤੀਆਂ, ਜਿਹੜੀਆਂ ਅਰਥਚਾਰੇ ਨੂੰ ਤੋੜਨ ਵਾਲੀਆਂ, ਜਿਹੜੀਆਂ ਪੰਜਾਬ ਨੂੰ ਖਤਮ ਕਰਨ ਵਾਲੀਆਂ ਨੀਤੀਆਂ ਅਕਾਲੀ ਦਲ ਬਾਦਲ ਨੇ ਸ਼ੁਰੂ ਕੀਤੀਆਂ ਸੀ, ਉਹ ਨੀਤੀਆਂ ਬਿਲਕੁਲ ਸੇਮ ਉਸੇ ਤਰ੍ਹਾਂ ਉਸੇ ਤਰਕ ਦੇ ਉੱਤੇ ਕੈਪਟਨ ਸਾਹਿਬ ਦੀ ਸਰਕਾਰ ਚਲਾ ਰਹੀ ਹੈ। ਔਰ ਮੈਂ ਸਮਝਦਾ ਮਨਪ੍ਰੀਤ ਸਿੰਘ ਬਾਦਲ ਜਿਹੜੀ ਗੱਲ ਲਿਖੀ ਆ ਇੱਥੋਂ ਬਿਲਕੁਲ ਸਪਸ਼ਟ ਹੋ ਗਿਆ। ਹੁਣ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਇਹ ਜਿਹੜਾ ਲੁਟੇਰੀ ਸਰਕਾਰ ਹੈਗੀ, ਖਜ਼ਾਨਾ, ਜਦਕਿ ਖਜ਼ਾਨਾ ਜਿਹੜਾ ਹੈਗਾ ਮੈਂ ਸਮਝਦਾ 5 ਸਾਲਾਂ ਵਿੱਚ ਪੂਰਾ ਕਰਜ਼ਾ ਉਤਰ ਸਕਦਾ ਜੇਕਰ ਇਮਾਨਦਾਰੀ ਨਾਲ ਸਰਕਾਰ ਚਲਾਈ ਜਾਵੇ। ਜੇਕਰ ਇਮਾਨਦਾਰੀ ਨਾਲ ਜਿਹੜਾ ਸਿਸਟਮ ਠੀਕ ਹੋਵੇ ਤਾਂ ਹਰ ਇੱਕ ਚੀਜ਼ ਪੰਜਾਬ ਦੀ ਠੀਕ ਹੋ ਸਕਦੀ ਆ। ਸੋ ਇੱਥੋਂ ਪਤਾ ਲੱਗਦਾ ਕਿ ਪੰਜਾਬ ਵਿੱਚ ਬੇਈਮਾਨ ਲੋਕਾਂ ਦੀ ਸਰਕਾਰ ਚੱਲ ਰਹੀ ਹੈ। ਦਰਅਸਲ ਪੰਜਾਬ ਦੇ ਵਿੱਤੀ ਹਾਲਤ ਨੂੰ ਲੈ ਕੇ ਚਰਚਾ ਇਸ ਲਈ ਚੱਲਣ ਲੱਗੀ ਹੈ ਕਿਉਂਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਇੱਕ ਚਿੱਠੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਗਈ ਹੈ ਜੋ ਕਿ ਵਿਦੇਸ਼ ਦੌਰੇ ਤੇ ਨਿੱਜੀ ਦੌਰੇ ਤੇ ਗਏ ਹੋਏ ਨੇ। ਉਹਨਾਂ ਨੂੰ ਚਿੱਠੀ ਲਿਖੀ ਗਈ ਹੈ ਕਿ ਪੰਜਾਬ ਦੀ ਵਿੱਤੀ ਹਾਲਤ ਬਹੁਤ ਖਰਾਬ ਹੈ ਅਤੇ ਤੁਹਾਨੂੰ ਜਲਦੀ ਵਿਦੇਸ਼ ਦੌਰੇ ਤੋਂ ਵਾਪਸ ਆ ਜਾਣਾ ਚਾਹੀਦਾ ਹੈ
ਅਤੇ ਇੱਕ ਐਮਰਜੈਂਸੀ ਮੀਟਿੰਗ ਸੱਦਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਵਿੱਚ ਜੋ ਵਿੱਤੀ ਐਮਰਜੈਂਸੀ ਵਾਲੇ ਹਾਲਾਤ ਬਣੇ ਹੋਏ ਨੇ ਉਹਨਾਂ ਨਾਲ ਨਜਿੱਠਿਆ ਜਾ ਸਕੇ, ਕਿਉਂਕਿ ਪੰਜਾਬ ਦੇ ਵਿੱਚ ਚਰਚਾ ਇਹ ਵੀ ਚੱਲਣ ਲੱਗੀ ਹੈ ਕਿ ਪੰਜਾਬ ਸਰਕਾਰ ਦੇ ਕੋਲ ਪੈਸੇ ਖਤਮ ਹੁੰਦੇ ਜਾ ਰਹੇ ਨੇ। ਇੱਥੋਂ ਤੱਕ ਕਿ ਜੇਲ੍ਹ ਵਿੱਚ ਬੈਠੇ ਕੈਦੀਆਂ ਨੂੰ ਵੀ ਖਾਣਾ ਖਵਾਉਣ ਲਈ ਪੈਸੇ ਪੰਜਾਬ ਸਰਕਾਰ ਦੇ ਕੋਲ ਨਹੀਂ ਹਨ। 5,000 ਕਰੋੜ ਦੇ ਬਿੱਲ ਵੀ ਬਕਾਇਆ ਪੰਜਾਬ ਸਰਕਾਰ ਦੇ ਵੱਲ ਪਏ ਨੇ, ਪਰ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜੋ GST ਦਾ 4,000 ਕਰੋੜ ਕੇਂਦਰ ਸਰਕਾਰ ਨੇ ਰਿਲੀਜ਼ ਕਰਨਾ ਸੀ ਪੰਜਾਬ ਦੇ ਖਾਤੇ ਦਾ, ਉਹ ਅਜੇ ਤੱਕ ਰਿਲੀਜ਼ ਨਹੀਂ ਕੀਤਾ। ਇਸੇ ਕਰਕੇ ਪੰਜਾਬ ਦੀ ਹਾਲਤ ਇੰਨੀ ਬੁਰੀ ਹੋ ਚੁੱਕੀ ਹੈ। ਉਦੋਂ ਦੂਜੇ ਪਾਸੇ ਜੋ ਕੈਪਟਨ ਅਮਰਿੰਦਰ ਸਿੰਘ ਦੇ ਨਵੇਂ ਸਲਾਹਕਾਰ ਲਾਏ ਨੇ ਉਹਨਾਂ ਵਿੱਚੋਂ ਕੁਝ ਕੁ ਸਲਾਹਕਾਰ ਹੁਣ ਸਰਕਾਰੀ ਕੋਠੀਆਂ ਵੀ ਮੰਗਣ ਲੱਗੇ ਨੇ, ਤਨਖਾਹਾਂ ਵੀ ਮੰਗਣ ਲੱਗੇ ਨੇ, ਅਤੇ ਜੋ ਵੀ ਫਾਇਦੇ ਸਲਾਹਕਾਰਾਂ ਨੂੰ ਮਿਲਦੇ ਨੇ ਸਾਰੇ ਫਾਇਦੇ ਕੁਝ ਕੁ MLAs ਵੱਲੋਂ ਕੁਝ ਕੁ ਸਲਾਹਕਾਰਾਂ ਦੇ ਵੱਲੋਂ ਮੰਗੇ ਜਾਣ ਲੱਗੇ ਨੇ। ਅਜਿਹੀਆਂ ਖਬਰਾਂ ਵੀ ਆ ਰਹੀਆਂ ਨੇ, ਸਲਾਹਕਾਰ ਜੋ ਲਾਏ ਗਏ ਨੇ ਉਹਨਾਂ ਤੋਂ ਵੀ ਮਨਪ੍ਰੀਤ ਸਿੰਘ ਬਾਦਲ ਪਹਿਲਾਂ ਤੋਂ ਹੀ ਖੁਸ਼ ਦਿਖਾਈ ਨਹੀਂ ਦਿੰਦੇ ਸਨ। ਉਹਨਾਂ ਤੋਂ ਬੜੀ ਵਾਰ ਸਵਾਲ ਪੁੱਛਿਆ ਗਿਆ ਸੀ ਕਿ ਤੁਸੀਂ ਤਾਂ ਕਹਿੰਦੇ ਹੋ ਕਿ ਪੰਜਾਬ ਦਾ ਖਜ਼ਾਨਾ ਖਾਲੀ ਆ, ਫਿਰ ਸਲਾਹਕਾਰ ਕਿਉਂ ਲਾਏ ਗਏ ਨੇ, ਉਹਨਾਂ ਨਾਲ ਤਾਂ ਹੋਰ ਵੀ ਬੋਝ ਪਏਗਾ। ਮਨਪ੍ਰੀਤ ਸਿੰਘ ਬਾਦਲ ਕੁਝ ਵੀ ਨਹੀਂ ਬੋਲੇ ਸਨ, ਪਰ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਮਨਪ੍ਰੀਤ ਸਿੰਘ ਬਾਦਲ ਨੇ ਉਹਨਾਂ ਨੂੰ ਵਿਦੇਸ਼ ਦੌਰੇ ਤੋਂ ਜਲਦੀ ਵਾਪਸ ਆਉਣ ਦੀ ਸਲਾਹ ਦੇ ਦਿੱਤੀ ਹੈ, ਮੰਗ ਕੀਤੀ ਹੈ, ਅਪੀਲ ਕੀਤੀ ਹੈ, ਤਾਂ ਜੋ ਵਿੱਤੀ ਐਮਰਜੈਂਸੀ ਵਰਗੇ ਹਾਲਾਤ ਜੋ ਪੰਜਾਬ ਵਿੱਚ ਬਣੇ ਹੋਏ ਨੇ ਉਹਨਾਂ ਨਾਲ ਜਲਦ ਤੋਂ ਜਲਦ ਨਜਿੱਠਿਆ ਜਾ ਸਕੇ। ਪਰ ਇੱਥੇ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ, ਦਾ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ, ਪੰਜਾਬ ਦੇ ਲੋਕਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਜੋ ਵੀ ਇਸ ਵੇਲੇ ਪੰਜਾਬ ਦੇ ਵਿੱਚ ਵਿੱਤੀ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਨੇ ਉਸ ਦੇ ਲਈ ਤੁਸੀਂ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੈਸਲਿਆਂ ਨੂੰ ਜਾਂ ਫਿਰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ? ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦਾ ਵਿੱਤ ਮੰਤਰੀ ਇਹਨਾਂ ਹਾਲਾਤਾਂ ਦੇ ਨਾਲ ਨਜਿੱਠਣ ਦੇ ਵਿੱਚ ਨਾਕਾਮਯਾਬ ਸਾਬਿਤ ਹੋਇਆ? ਇਸ ਬਾਰੇ ਤੁਹਾਡੀ ਜੋ ਵੀ ਰਾਏ ਹੈ ਇਸ ਖਬਰ 'ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਯੂਟਿਊਬ 'ਤੇ ਦਾ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਬੈਲ ਵਾਲਾ ਬਟਨ ਜ਼ਰੂਰ ਦਬਾ ਲੈਣਾ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ, ਹਰ ਖਬਰ ਦਾ ਸੱਚ।